डिमांड भी ज्यादा है जी इहदी, क्योंकि पहली बार आई है ना जी, लोगों नूं इहदी क्यूरियोसिटी बहुत आ जी, मतलब कि रोल्स आ भी सानू आ वैडिंग दे विच अवेलेबल मिलदी है, सानू बड़ी कॉल्स आउंदियां ने जी, ਇਹਦੀ ਕੁਐਰੀਜ਼ ਵੱਧ ਨੇ ਵੱਧ ਨੇ ਜੀ। ਹਾਂਜੀ ਇਹ ਵੀਰੇ ਪਹਿਲਾਂ ਤਾਂ ਗੱਡੀ ਹੋਈ ਹੈਗੀ ਇੱਕ ਝੋਟਾ, ਇਹ AMG ਇੰਜਣ ਆ ਹਨਾ ਝੋਟਾ, ਬਾਕੀ ਵੀਰੇ ਲਾਈਵ ਵੀਲ ਇਹਦੇ ਇਦਾਂ ਦੇ ਆ, ਜਾਣੀ ਅੱਧੀ ਦੁਨੀਆ ਨੂੰ ਤਾਂ ਵਕਤ ਐਂ ਪਿਆ ਹੁੰਦਾ ਕਿ ਲਾਈਵ ਵੀਲ ਆਉਂਦੇ ਕਿੱਥੋਂ ਨੇ ਜੀ। ਹੁਣ ਜੇ ਕੋਈ ਕਹਿੰਦਾ ਬਈ ਮੈਨੂੰ ਸੈਲਫ ਡਰਾਈਵ ਤੇ ਦਿਓ ਜੀ, ਮਿਲ ਜੂ? ਹਾਂ ਸੈਲਫ ਤੇ ਵੀ ਦੇ ਦਿਆਂਗੇ ਜੀ ਆਪਾਂ, ਸੈਲਫ ਤੇ ਮਿਲ ਜੂ, ਸੈਲਫ ਤੇ ਆਪਣੇ ਕੋਲੇ ਕੁਛ ਕੁ ਰੇਂਜ ਹੈਗੇ ਆਗੇ ਆਹ ਵਾਲਾ ਮਾਡਲ ਨਾਲ ਦੇ, ਆਪਾਂ ਜਿਹੜੇ ਸੈਲਫ ਡਰਾਈਵ ਲਈ ਵੀ ਦੇ ਦਿੰਦੇ, ਜਿਹੜੇ ਸੈਲਫ ਡਰਾਈਵ ਦਿੰਦੇ ਆ ਇਹ ਅਸੀਂ ਸੈਲਫ ਡਰਾਈਵ ਲਈ ਵੀ ਦੇ ਦਿੰਨੇ ਆ ਜਿਵੇਂ, ਹਾਂ ਜੀ ਹਾਂ, ਇਕੱਲੇ ਵੈਡਿੰਗ ਲਈ ਸੈਲਫ ਡਰਾਈਵ ਲਈ ਦਿੰਨੇ ਆ, ਨਾ ਕਿ ਕਈ ਵਾਰੀ ਇਹ ਲੋਕੀ ਸਾਡੇ ਕੋਲ ਮੰਗਦੇ ਆ ਜੀ ਸਾਨੂੰ ਦੇ ਦਿਓ 4 ਦਿਨਾਂ ਲਈ, 2 ਦਿਨਾਂ ਲਈ ਜਾਂ ਘੁੰਮਣ ਜਾਣਾ ਜੀ, ਉਹਦੇ ਲਈ ਨਹੀਂ ਅਸੀਂ ਦਿੰਦੇ, ਉਹਦੇ ਵਾਸਤੇ ਨਹੀਂ, ਕਿਉਂਕਿ ਸਾਨੂੰ ਬੜੀ ਕਾਲਸ ਆਉਂਦੀਆਂ ਨੇ। ਮਤਲਬ ਇਹ ਉਹ ਵਾਲੀ ਗੱਡੀ ਕਹਿ ਸਕਦੇ ਆ ਮਿੱਤਰੋ, ਇਹ ਵੀਰੇ ਉਹ ਗੱਡੀ ਆ ਕਹਿ ਲਓ ਕਿ ਪਹਿਲਾਂ ਪਿੰਡ ਦੇ ਵਿੱਚ ਗੇੜਾ ਦਿੰਦੀ ਆ ਫਿਰ ਪਿੰਡ ਇਹਦੇ ਪਿੱਛੇ ਗੇੜਾ ਦਿੰਦਾ, ਇਹ ਉਹ ਗੱਡੀ ਆ ਕਿ ਪਿੰਡ 'ਚ ਮੇਲਾ ਲਾ ਦਿੰਦੀ ਬਾਈ, ਜਿੱਥੇ ਮੇਲਾ ਲਾ ਦਿੰਦੀ ਆ, ਮਤਲਬ ਐਂ ਆ ਕਿ ਜਿਹੜਾ ਵੀ ਬੰਦਾ ਸਾਡੇ ਕੋਲੇ ਬੁੱਕ ਕਰਦਾ ਗੱਡੀ, ਇੱਕ ਤਾਂ ਆਪਾਂ ਲਗਜ਼ਰੀ ਸੈਗਮੈਂਟ ਦੇਤੀ, ਸਪੋਰਟਸ ਸੈਗਮੈਂਟ ਦੇਤੀ, ਪਲੱਸ ਆਪਾਂ ਮੋਡੀਫਾਈਡ ਸੈਗਮੈਂਟ ਦੇਤੀ ਉਹਨੂੰ ਜੀ, ਬਿਲਕੁਲ ਸਾਡੇ ਕੋਲੇ ਗੱਡੀਆਂ ਮੋਡੀਫਾਈਡ ਹੈਗੀਆਂ ਨੇ ਜੀ ਜੀ, ਹਾਂ ਜੀ ਆਪਾਂ ਕਹਿ ਸਕਦੇ ਸਾਡੇ ਕੋਲੇ ਹੈਗੇ ਨੇ ਫੋਰਚੂਨਰਾਂ, ਰੇਂਜਾਂ, ਵੈਗਨਾਂ, ਰੋਲਸ ਆ, ਮਸਟੈਂਗ ਆ, ਹਾਂ ਜੀ, ਜਾਂ ਇਹਦੇ ਨਾਲ ਰਲਦੀਆਂ ਮਿਲਦੀਆਂ, ਇਹਦੇ ਨਾਲ ਮੇਬੈਕ ਆ, ਮਰਸੀਡੀਜ਼ ਐਸ ਕਲਾਸ ਆ, ਈ ਕਲਾਸ ਆ, ਹਾਂ ਜੀ, ਮਤਲਬ ਉਹ ਵਾਲੀਆਂ ਗੱਡੀ ਨੇ, ਮਤਲਬ ਜੇ ਬਈ ਕਿਸੇ ਨੂੰ ਇਕੱਠੀਆਂ ਮਰਸੀਡੀਆਂ ਚਾਹੀਦੀਆਂ ਨੇ ਆਪਦੇ ਵਿਆਹ ਤੇ, ਮਰਸੀਡੀਆਂ ਦੇ ਦਿਆਂਗੇ ਜੀ, ਹਾਂ ਜੀ, ਜੀ ਵੈਗਨਾਂ ਹੋ ਗਈਆਂ, ਸਡਾਨ ਦੇ ਵਿੱਚ ਮਰਸੀਡੀਜ਼ ਈ ਕਲਾਸ ਦੇ ਦਿਆਂਗੇ, ਐਸ ਕਲਾਸ ਦੇ ਦਿਆਂਗੇ, ਐਸ ਕਲਾਸ ਮੇਬੈਕ ਹੈਗੀ ਆ, ਹਨਾ, ਜੈਗੂਰਾਂ ਦੇ ਦਿਆਂਗੇ, ਜੈਗੂਰਾਂ ਆਪਣੇ ਕੋਲੇ ਹੈਗੀਆਂ ਨੇ। ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ, ਤੇ ਲਓ ਜੀ ਗੱਲਬਾਤ ਇਦਾਂ ਆ ਬਈ, ਅੱਜ ਹੈਗੇ ਆਪਾਂ ਲੁਧਿਆਣੇ, ਆ ਬੋਰਡ ਦੇਖ ਲਿਆ ਤਾਂ ਬਹੁਤ ਨੂੰ ਐਂ ਪਤਾ ਲੱਗ ਗਿਆ ਵੀ ਲੁਧਿਆਣੇ ਕਿਹਨਾਂ ਕੋਲੇ ਆਏ ਆ ਬਾਈ, ਅਤੇ ਅੱਜ ਕਰ ਅੱਜ ਖਾਸ ਕਰਕੇ ਵੀਡੀਓ ਉਹਨਾਂ ਵੀਰਾਂ ਲਈ ਆ, ਇਹਦੇ ਵਿੱਚ ਤੁਸੀਂ ਦੇਖਿਓ ਨਾ ਬਾਈ, ਜੇ ਇਹਦੇ ਵਿੱਚ ਕੋਈ ਮਰਸੀਡੀ ਨਹੀਂ ਖੜੀ ਹੋ ਯਾਰ, ਇਹਦੇ ਵਿੱਚ ਕੋਈ ਜੈਗੋਆਰ ਨਹੀਂ ਖੜੀ, ਕੋਈ ਪਤੰਦਰ ਦੀ ਫਾਰਚੂਨਰ ਵੀ ਨਹੀਂ ਖੜੀ, ਹੈ ਗੱਡੀਆਂ ਉਹ ਵਾਲੀਆਂ ਖੜੀਆਂ ਨੇ ਵਿਹੜੇ 'ਚ, ਜਿਹਨੂੰ ਕਹਿ ਦਈਏ ਕਿ ਬਾਈ ਜਦੋਂ ਪਿੰਡ ਦਾ ਗੇੜਾ ਲਾ ਦੇਣ, ਅੱਧਾ ਪਿੰਡ ਵੈਸੇ ਮੱਚ ਜਾਂਦਾ ਕਿ ਯਾਰ ਪਤੰਦਰਾਂ ਦੇ ਘਰੇ ਕੋਈ ਲਗਜ਼ਰੀ ਗੱਡੀ ਆਈ ਆ, ਅਤੇ ਜਦੋਂ ਇਹੋ ਜਿਹੀਆਂ ਗੱਡੀਆਂ ਜਿਹੜੀਆਂ ਕਿਸੇ ਕੋਲ ਨਾ ਹੋਣ ਉਹ ਕਿੱਥੇ ਹੁੰਦੀਆਂ ਨੇ ਬਾਈ, ਆਪਣੇ ਰੋਇਲ ਲਿਮੋਜ਼ ਵਾਲੇ ਬਾਈ ਹੈਪੀ ਬਾਈ ਉਹਨਾਂ ਕੋਲ ਹੈ, ਅਤੇ ਬਾਈ ਹੁਣੀ ਖੜੇ ਨੇ ਇੱਥੇ ਬਾਈ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਮੈਂ ਕਿਹਾ ਬਾਈ ਜੀ ਗੱਡੀਆਂ ਉਹ ਵਾਲੀਆਂ ਨੇ ਜਿਹੜੀਆਂ ਕਈਆਂ ਕੋਲ ਹੈ ਨਹੀਂ, ਹੈ ਜਿਵੇਂ ਖਾਸ ਕਰਕੇ ਆਪਾਂ ਇਸ ਗੱਡੀ ਕੋਲੇ ਖੜੇ ਹਾਂ ਬਾਈ, ਹਾਂਜੀ ਕਿਹਦੇ ਕੋਲੇ ਇਹਦੇ ਨਾਲ ਦੀ ਗੱਡੀ ਇਸ ਟਾਈਮ, ਲੱਗਦਾ ਕਿ ਬਾਈ ਕਿਸੇ ਕੋਲੇ ਹੋਊ? ਨਹੀਂ ਵੀਰੇ ਇਹ ਗੱਡੀ ਬਹੁਤ ਰੇਅਰੈਸਟ ਹੈ ਇਸ ਟਾਈਮ, ਬਹੁਤ ਇਸ ਟਾਈਮ, ਇਸ ਟਾਈਮ, ਹਾਂ ਵੈਸੇ ਵੀ ਗੱਡੀ ਇਹ ਮਤਲਬ ਕਿ ਆਪਣੇ ਲੁਧਿਆਣੇ 'ਚ ਵੀ ਲਾ ਲਓ, ਲੁਧਿਆਣੇ 'ਚ ਕਹਿੰਦੇ ਹੁੰਦੇ ਆ ਗੱਡੀ ਸਭ ਤੋਂ ਪਹਿਲਾਂ ਆ ਜਾਂਦੀ ਆ, ਲੋਕਾਂ ਦਾ ਏਰੀਆ ਹੈ, ਇਹ ਲੁਧਿਆਣੇ 'ਚ ਵੀ ਮੇਰੇ ਖਿਆਲ 'ਚ 2 ਜਾਂ 3 ਕੁ ਹੋਣੀ ਹੈ ਬਿਜ਼ਨਸਮੈਨ, ਬਿਜ਼ਨਸਮੈਨ ਜਿਹੜੇ ਬਹੁਤ, ਹਾਂਜੀ ਹਾਂਜੀ, ਬਹੁਤ ਰੇਅਰ ਗੱਡੀ ਹੈ, ਅਤੇ ਬਾਈ ਇਹ ਆਪਣੇ ਕੋਲੇ ਆ, ਇਹ ਆਪਣੇ ਕੋਲੇ ਰੈਂਟਲ ਇੰਡਸਟਰੀ ਦੇ ਵਿੱਚ ਆਪਣੇ ਕੋਲ ਹੀ ਹੈ ਜੀ, ਇਹ ਪਹਿਲੇ ਬੰਦੇ ਆ ਆਪਾਂ, ਪਹਿਲੇ ਬੰਦੇ ਆ, ਪਹਿਲੇ ਬੰਦੇ ਆ, ਅਤੇ ਬਾਈ ਇਹ ਜਿਹੜੀ ਰੋਲਸ ਰੋਇਸ ਦਾ ਮਾਡਲ ਕਿਹੜਾ ਹੈ ਇਹ? ਇਹ ਗੋਸਟ ਹੈ ਜੀ, ਗੋਸਟ ਮਾਡਲ ਆ ਜੀ, ਅਤੇ ਬਾਈ ਇਹਦੀ ਇਸ ਟਾਈਮ ਜੇ ਕਹੀਏ ਔਨ ਰੋਡ ਇਸ ਗੱਡੀ ਦੀ ਪ੍ਰਾਈਸ ਕਿੰਨੀ ਕੁ ਹੋਊਗੀ? ਪ੍ਰਾਈਸ ਇਹਦੀ ਹੋਊਗੀ ਜੀ, ਜਿਹੜੀ ਨਿਊ ਦੀ ਨਵੀਂ ਦੀ ਪ੍ਰਾਈਸ ਆ ਜੀ, ਉਹਦੀ ਹੋਊਗੀ 6 ਤੋਂ 7 ਕਰੋੜ, 6 ਤੋਂ 7 ਕਰੋੜ ਰੁਪਏ ਦੀ ਗੱਡੀ ਔਨ ਰੋਡ ਹੀ ਹੈਗੀ ਆ, ਹਾਂਜੀ ਹਾਂਜੀ ਹਾਂਜੀ, ਤੇ ਮਤਲਬ ਇਹ ਆਪਾਂ ਇਹ ਸਰਵਿਸ ਕਿਹੜੀ ਕਿਹੜੀ ਦੇ ਰਹੇ ਆ ਇਸ ਗੱਡੀ ਦੀ ਆਪਾਂ ਇਸ ਟਾਈਮ? ਇਹਦੀ ਆਪਾਂ ਜੀ ਵੈਡਿੰਗ ਲਈ ਮੋਸਟਲੀ ਤਾਂ ਵੈਡਿੰਗ ਲਈ ਹੋਈ, ਆਪਣਾ ਵੈਡਿੰਗ ਮੇਨ ਕੰਮ ਵੈਡਿੰਗ ਦਾ ਹੀ ਆ, ਵੈਡਿੰਗ ਲਈ ਹੋਈ ਆਪਾਂ ਦੇ ਰਹੇ ਆ ਜੀ, ਹਾਂ ਹਾਂ ਜੀ। ਵੈਸੇ ਬਈ ਜਿਹੜੀ ਰੋਲਸ ਰੋਇਸ ਆ, ਇੱਕ ਤਾਂ ਯਾਰ ਨਾਮ ਹੀ ਭਾਰਾ ਜਿਹਾ ਇੰਨਾ ਕਿ 2 ਵਾਰ ਲੱਗੀਆਂ ਪਤੰਦਰ ਦਾ ਵੈਸੇ ਕਰੋੜ ਤੋਂ ਉੱਪਰ ਮੁੱਲ ਟੱਪਦਾ ਆ ਜੀ ਜੀ ਜੀ। ਇਸ ਗੱਡੀ 'ਚ ਵੈਸੇ ਜੇ ਆਪਾਂ ਫੀਚਰ ਦੱਸਣੇ ਹੁਣ ਬਈ ਜੀ, ਆਹ ਫੀਚਰ ਸੀਗੇ ਤਾਂ ਖੜੀ ਕੀਤੀ ਆ ਫੀਚਰ ਤਾਂ ਜੀ, ਇਹਦੇ ਵਿੱਚ ਵੀਰੇ ਫੀਚਰ ਤਾਂ ਇਹਦੇ ਵਿੱਚ ਇਹਦਾ ਨਾਮ ਹੀ ਇੱਕ ਬਹੁਤ ਵੱਡਾ ਹੈਗਾ, ਤੁਹਾਨੂੰ ਪਤਾ ਫੀਚਰ ਅੰਦਰ ਫੀਚਰਾਂ ਨਾਲ ਹੀ ਭਰੀ ਹੋਈ ਹੈ ਇਹ, ਹੈ ਹਾਂਜੀ, ਅੰਦਰੋਂ ਦਿਖਾਓ ਅੰਦਰ ਤੱਕ ਦੇਖੋ, ਬਿਲਕੁਲ ਜੀ ਬਿਲਕੁਲ, ਸਭ ਤੋਂ ਪਹਿਲਾਂ ਨਾ ਇਹਦੀ ਰੂਫ ਆ ਜਿਹੜੀ, ਮਤਲਬ ਕਿ ਜਿਹੜੀ ਅੱਜ ਕੱਲ੍ਹ ਤਾਂ ਹੁਣ ਬਹੁਤ ਗੱਡੀਆਂ 'ਚ ਆਉਣ ਲੱਗ ਗਈ ਜਿਹੜੀ ਸਟਾਰ ਰੂਫ ਵਾਲੀ ਕਹਿ ਦਿੰਦੇ ਆ, ਹਾਂਜੀ ਹਾਂ ਲਾਈਟਾਂ ਵਾਲੀ, ਬਿਲਕੁਲ ਬਾਈ, ਉਹ ਸਭ ਤੋਂ ਪਹਿਲਾਂ ਇਸੇ ਰੋਲਸ ਦੇ ਵਿੱਚ ਹੀ ਆ ਜੀ, ਇੱਕ ਤਾਂ ਉਹ ਆ ਬਾਈ, ਤੇ ਦੂਜੇ ਇਹਦੀ ਆ ਬਾਕੀ ਵੀਰੇ ਇਹਦਾ ਸਾਊਂਡ ਪ੍ਰੂਫ ਇੰਨੀ ਹੁੰਦੀ ਹੈ ਅੰਦਰੋਂ, ਬਹੁਤ ਜ਼ਿਆਦਾ ਸਾਊਂਡ ਪ੍ਰੂਫ ਹੁੰਦੀ ਆ, ਕੰਫਰਟ ਲੈਵਲ ਉਹ ਚੀਜ਼ਾਂ ਨਾ ਬਹੁਤ ਜ਼ਿਆਦਾ ਹੁੰਦੀਆਂ ਇਹਦੀਆਂ ਵਧੀਆ, ਇੱਕ ਤਾਂ ਉਹ ਆ ਬਾਈ, ਇੱਕ ਇਹਦੀ ਆ ਵਿੰਡੋ ਪੁੱਠੀ ਆ, ਹਾਂ ਇਹ ਵਿੰਡੋ ਪੁੱਠੀ ਹੁੰਦੀ ਹੈ, ਇਹਨੂੰ ਜਿਵੇਂ ਪਹਿਲਾਂ ਕਹਿੰਦੇ ਹੁੰਦੇ ਸੀ ਜਦੋਂ ਆਪਾਂ ਪੁਰਾਣੀਆਂ ਗੱਡੀਆਂ ਫੀਟ ਆਉਂਦੇ ਸੂਸਾਈਡ ਡੋਰ ਵਾਲੀਆਂ ਕਾਰਾਂ ਹੁੰਦੀਆਂ ਸੀ, ਉਹਨਾਂ ਦੇ ਐਂ ਖੁੱਲਦੇ ਹੁੰਦੇ ਸੀ, ਪਰ ਉਹ ਤਾਂ ਇੱਕ ਬਜਟ ਵਾਲੀਆਂ ਕਾਰਾਂ ਸੀਗੀਆਂ, ਹੁਣ ਜਿਹਨੇ ਇਸ ਟਾਈਮ ਐਂ ਪੁੱਠੇ ਦਰਵਾਜ਼ੇ ਖੋਲਣੇ ਨੇ ਬਹੁਤ ਮਹਿੰਗੇ ਪੈਂਦੇ ਆ, ਜੀ ਜੀ ਜੀ, ਤੇ ਬਈ ਇਸ ਗੱਡੀ ਦੀ ਬੁਕਿੰਗ ਬਹੁਤ ਹੋਣੀ ਆ, ਹਾਂਜੀ ਵੀਰ ਜੀ ਇਹਦੀ ਬੁਕਿੰਗ ਤਾਂ ਇਹਦੀ ਹੈਗੀ ਆਮ ਗੱਡੀਆਂ ਨਾਲੋਂ ਜ਼ਿਆਦਾ ਹੈ ਜੀ, ਇਹਦਾ ਪ੍ਰਾਈਸ, ਹਾਂਜੀ, ਤੇ ਇਹਦੀ ਵੇਟਿੰਗ ਵੀ ਵੱਧ ਹੋਣੀ ਆ, ਹਾਂਜੀ ਵੇਟਿੰਗ ਵੀ, ਇਹਦੀ ਡਿਮਾਂਡ ਵੀ ਜ਼ਿਆਦਾ ਆ ਜੀ ਇਹਦੀ, ਕਿਉਂਕਿ ਪਹਿਲੀ ਵਾਰ ਆਈ ਆ ਨਾ ਜੀ, ਲੋਕਾਂ ਨੂੰ ਇਹਦੀ ਕਿਊਰੀਓਸਿਟੀ ਬਹੁਤ ਆ,
ਵੀ ਜਿਹੜੀ ਮਤਲਬ ਕਿ ਰੋਲਸ ਆ ਵੀ ਸਾਨੂੰ ਆ ਵੈਡਿੰਗ ਦੇ ਵਿੱਚ ਅਵੇਲੇਬਲ ਮਿਲਦੀ ਆ ਸਾਨੂੰ ਬੜੀਆਂ ਕਾਲਸ ਆਉਂਦੀਆਂ ਨੇ ਜੀ ਇਹਦੀ ਇਹਦੀ ਕੁਐਰੀਜ਼ ਵੱਧ ਨੇ ਵੱਧ ਨੇ ਜੀ ਹਾਂਜੀ ਬਈ ਆਪਾਂ ਅੰਦਰੋਂ ਖੋਲ ਸਕਦੇ ਗੱਡੀ ਹਾਂਜੀ 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 ਜ਼ਰੂਰ ਜ਼ਰੂਰ ਅਨਲੌਕ ਹੈ ਬਈ ਗੱਡੀ ਹਾਂਜੀ ਹਾਂਜੀ ਖੁੱਲੀ ਆ ਹਾਂ ਯਾਰ ਬਈ ਅੰਦਰੋਂ ਤਾਂ ਇਹ ਉਹ ਆ ਜਿਵੇਂ ਘਰ ਜਿਹਾ ਹੀ ਆ ਛੋਟਾ ਜਿਹਾ ਹੈ ਲੈ ਵੀ ਮਿੱਤਰਾ ਗੱਡੀ ਅੰਦਰੋਂ ਦਿਖਾ ਦਿਓ ਤੇ ਬਈ ਇਹ ਗੱਡੀ ਆ ਮੰਨ ਲਓ ਜਿਹੜੀ ਇਹਦੇ ਮੇਚ ਦੀ ਗੱਡੀ ਕੋਈ ਲੱਗਦਾ ਕਿ ਬਈ ਜਿਵੇਂ ਹੁਣ ਤਾਂ ਰੋਲਸ ਰੋਇਸ ਆ ਇੱਕ ਪਾਸੇ ਬੈਂਟਲੀ ਖੜੇ ਕਰ ਦਿੰਦੇ ਨੇ ਇੱਕ ਬਾਕੀ ਹੋਰ ਗੱਡੀਆਂ ਖੜੀ ਕਰ ਦਿੰਦੇ ਇਹਦੇ ਬਰੋਬਰ ਰੇਟ ਪਹੁੰਚਦਾ ਕਿਸੇ ਗੱਡੀ ਦਾ ਇਸ ਟਾਈਮ ਨਹੀਂ 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 ਇਹ ਕਹਿ ਲਓ ਕਿ ਇਹ ਸਭ ਗੱਡੀਆਂ ਦੀ ਰਾਣੀ ਹੈ ਰਾਣੀ ਹੈ ਇਸ ਟਾਈਮ ਸਾਡੇ ਕੋਲੇ ਆ ਇਹ ਆਪਣੇ ਕੋਲੇ ਹੈਗੀ ਹੈ ਹਾਂ ਯਾਰ ਮੈਂ ਇੱਕ ਚੀਜ਼ ਹੋਰ ਦੇ ਦੋ ਨਾ ਪੇਜਾ ਬੂਜਾਂ ਵਾਲੇ ਤਾਂ ਚੱਕ ਕੇ ਪਾ ਵੀ ਦਿੰਦੇ ਨੇ ਕਿ ਅਵੇਲੇਬਲ ਫਾਰ ਰੈਂਟ ਹੈ ਅਵੇਲੇਬਲ ਫਾਰ ਡੋਲੀ ਇਦਾਂ ਵੀ ਕਰਦੇ ਨੇ ਕਿ ਚੱਕ ਚੱਕ ਕੇ ਪਾ ਦਿੰਦੇ ਆ ਜੀ ਪਾ ਦਿੰਦੇ ਆਮ ਲੋਕੀ ਪਾ ਦਿੰਦੇ ਆ ਜਿਹੜੇ ਵੀਰੇ ਕਈ ਨਾ ਜਿਵੇਂ ਵੈਂਡਰ ਨੇ ਮੁੰਡੇ ਕੰਮ ਕਰਦੇ ਆ ਨਾ ਉਹ ਫਿਰ ਪਾ ਦਿੰਦੇ ਆ ਵੀਰੇ ਆਪਣੇ ਪੇਜ ਤੇ ਪਾ ਦਿੰਦੇ ਅਵੇਲੇਬਲ ਆ ਉਹ ਆਪਣੀ ਗੱਡੀ ਆਪਣੇ ਕੋਲੋਂ ਲੈ ਕੇ ਗੱਡੀ ਆਪਣੇ ਕੋਲੋਂ ਲੈ ਕੇ ਜਾਂਦੇ ਨੇ ਮਤਲਬ ਆਪਾਂ ਇਹ ਸਿੱਧਾ ਦੱਸ ਦਈਏ ਕਿ ਗੱਡੀ ਇਸ ਟਾਈਮ ਜੇ ਹੈ ਸਿਰਫ ਤਾਂ ਰੋਇਲ ਲਿਮੋ 'ਚ ਖੜੀ ਜੀ 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 ਹੋਰ ਕਿਤੇ ਨਹੀਂ ਹੈਗੀ ਹਾਂਜੀ ਹਾਂਜੀ ਮਤਲਬ ਐ ਮਿੱਤਰੋ ਜੇ ਤੁਸੀਂ ਇਹ ਗੱਡੀ ਆਪਦੇ ਪਿੰਡ ਬੁਲਾਉਂਦੇ ਆ ਹੈ ਹਾਂਜੀ ਤਾਂ ਮਤਲਬ ਇਹ ਉਹ ਵਾਲੀ ਗੱਡੀ ਕਹਿ ਸਕਦੇ ਆ ਮਿੱਤਰੋ ਇਹ ਵੀਰੇ ਉਹ ਗੱਡੀ ਆ ਕਹਿ ਲਓ ਕਿ ਪਹਿਲਾਂ ਪਿੰਡ ਦੇ ਵਿੱਚ ਗੇੜਾ ਦਿੰਦੀ ਆ ਫਿਰ ਪਿੰਡ ਇਹਦੇ ਪਿੱਛੇ ਗੇੜਾ ਦਿੰਦਾ ਹਾਂ ਇਹ ਉਹ ਗੱਡੀ ਆ ਕਿ ਪਿੰਡ 'ਚ ਮੇਲਾ ਲਾ ਦਿੰਦੀ ਬਾਈ ਜਿੱਥੇ ਮੇਲਾ ਲਾ ਦਿੰਦੀ ਆ ਇੱਕ ਤਾਂ ਬਾਈ ਆਹ ਸੈਗਮੈਂਟ ਖੜੀ ਆ ਵੈਗਨਾਂ ਦੀ ਇੱਕ ਆਹ ਖੜੀ ਆ ਸਪੋਰਟਸ ਕਾਰ ਹੁਣ ਇਹਦੇ ਵਿੱਚ ਤਾਂ ਫੈਮਿਲੀ ਪਿੱਛੇ ਬਹਿ ਜਾਂਦੀ ਫਿਰ ਆਹ ਗੱਡੀ ਬਾਈ ਕਾਹ ਤੋਂ ਖੜੀ ਆ ਇਹ ਗੱਡੀ ਵੀਰੇ ਸਪੋਰਟਸ ਆ ਜਿਹੜੇ ਜਿਹੜੇ ਲੋਕੀ ਸਪੋਰਟਸ ਨੂੰ ਲਾਈਕ ਕਰਦੇ ਆ ਸਾਊਂਡ ਆ ਹਨਾ ਇਹ ਚੀਜ਼ਾਂ ਨੂੰ ਲਾਈਕ ਕਰਦੇ ਆ ਕਿ ਉਹਦੇ ਲਈ ਦਿੰਨੇ ਆ ਅਸੀਂ ਇਹ ਅਸੀਂ ਸੈਲਫ ਡਰਾਈਵ ਲਈ ਵੀ ਦੇ ਦਿੰਨੇ ਆ ਜਿਹੜੀ ਹਾਂਜੀ ਹਾਂ ਇਹ ਸੈਲਫ ਡਰਾਈਵ ਤੋਂ ਮਤਲਬ ਇਕੱਲੇ ਵੈਡਿੰਗ ਲਈ ਸੈਲਫ ਡਰਾਈਵ ਲਈ ਦਿੰਨੇ ਆ ਨਾ ਕਿ ਕਈ ਵਾਰੀ ਇਹ ਲੋਕੀ ਸਾਡੇ ਕੋਲੋਂ ਮੰਗਦੇ ਆ ਜੀ ਸਾਨੂੰ ਦੇ ਦਿਓ 4 ਦਿਨਾਂ ਲਈ 2 ਦਿਨਾਂ ਲਈ ਜਾਂ ਘੁੰਮਣ ਜਾਣਾ ਜੀ ਉਹਦੇ ਲਈ ਨਹੀਂ ਅਸੀਂ ਦਿੰਦੇ ਉਹਦੇ ਵਾਸਤੇ ਨਹੀਂ ਕਿਉਂਕਿ ਸਾਨੂੰ ਬੜੀ ਕਾਲਸ ਆਉਂਦੀਆਂ ਨੇ ਉਹ ਨਹੀਂ ਅਸੀਂ ਦਿੰਦੇ ਜੀ ਅਸੀਂ ਦਿੰਨੇ ਸਿਰਫ ਵੈਡਿੰਗ ਲਈ ਸੈਲਫ ਡਰਾਈਵ ਲਈ ਕਿਉਂਕਿ ਵਾਪਸੀ ਤੇ ਮਾਰਨਿੰਗ ਟਾਈਮ ਤਾਂ ਚਲੋ ਸਾਡਾ ਡਰਾਈਵਰ ਹੀ ਡਰਾਈਵ ਕਰਦਾ ਜੀ ਮੁੰਡੇ ਸਿਰੇ ਲੱਗੇ ਹੁੰਦੇ ਆ ਬਿਲਕੁਲ ਜੀ ਵਾਪਸੀ ਤੇ ਮੁੰਡਾ ਕੁੜੀ ਦੋਨੋਂ ਆ ਜਾਂਦੇ ਆ ਜੀ ਇਹਦੇ ਮਤਲਬ ਕਿ ਉਦੋਂਗਾ ਦੀ ਸਰਵਿਸ ਨਾ ਅਸੀਂ ਕਹੀਏ ਕਿ ਬਾਈ ਜੀ ਉਹ ਕਹਿੰਦਾ ਮੈਂ ਬਾਹਰ ਆਉਣਾ ਬਾਈ ਮੈਨੂੰ ਮਹੀਨੇ ਨਹੀਂ ਦੇਣਾ ਜੀ ਉਹ ਨਹੀਂ ਉਹ ਨਹੀਂ ਹੈਗਾ ਫਿਰ ਉਹਦੇ ਲਈ ਵੀ ਕਾਰਾਂ ਹੋਣਗੀਆਂ ਬਾਈ ਹਾਂਜੀ ਉਹਦੇ ਲਈ ਵੀ ਉਹਦੇ ਕੋਲੇ ਸਾਡੇ ਕੋਲੇ ਹੈਗੀਆਂ ਨੇ ਫੋਰਚੂਨਰ ਵਗੈਰਾ ਹੈਗੀਆਂ ਨੇ ਜਿਵੇਂ ਮਹੀਨੇ ਲਈ 2 ਮਹੀਨੇ ਲਈ ਰੇਂਜ ਰੋਵਰ ਵੀ ਦੇ ਦਿੰਨੇ ਆ ਜੀ ਮਹੀਨੇ 2 ਮਹੀਨੇ ਕਾਰਾਂ ਸਾਡੀਆਂ ਆ ਰਹੀਆਂ ਨੇ ਲਗਜ਼ਰੀ ਸੈਗਮੈਂਟ ਦੇ ਵਿੱਚ ਜਿਹੜੀ ਅਸੀਂ ਸੈਲਫ ਡਰਾਈਵ ਲਈ ਗੈਰੀ ਬਾਈ ਮੈਨੂੰ ਕਹਿੰਦੇ ਸੀਗੇ ਹਾਂਜੀ ਕਹਿੰਦੇ ਬਾਈ ਸਾਡੇ ਕੋਲ ਰੂਬੀਕੌਨ ਵੀ ਹੈਗੀਆਂ ਨੇ ਹਾਂਜੀ ਹਾਂ ਅੱਜ ਤਾਂ ਖੜੀ ਨਹੀਂ ਹਾਂਜੀ ਰੂਬੀਕੌਨ ਕਿਹੜੇ ਕਿਹੜੀ ਸਰਵਿਸ ਲਈ ਹੈਗੀ ਆ ਰੂਬੀਕੌਨ ਵੀ ਅਸੀਂ ਸੈਲਫ ਡਰਾਈਵ ਲਈ ਦੇ ਦਿੰਨੇ ਆ ਜੀ ਉਹ ਵੀ ਸੈਲਫ ਲਈ ਹੈਗੀ ਆ ਉਹ ਵੀ ਇਹਦੇ ਵਾਂਗ ਉਹ ਵੀ ਕਿ ਬਾਈ ਸੈਲਫ ਡਰਾਈਵ ਇਕੱਲਾ ਵਿਆਹ ਤੇ ਆ ਕਿ ਐ ਕਿ ਯਾਰ ਲੈ ਲਓ ਵੀ ਜੀ ਉਦਾਂ ਵੀ ਦੇ ਦਿੰਨੇ ਆ ਅਸੀਂ ਇਹਦੇ ਮਤਲਬ ਕਿ ਉਹ ਵਿਆਹ ਲਈ ਲੋਕੀ ਘੱਟ ਲਾਈਕ ਕਰਦੇ ਆ ਉਹ ਜੀਪ ਰੂਬੀਕੌਨ ਥੋੜਾ ਜਿਹਾ ਹੋਰ ਟਾਈਪ ਦਾ ਆ ਗਿਆ ਜੀ ਕੰਮ ਹਾਂ ਉਹ ਥੋੜੀਆਂ ਉਹ ਸੈਗਮੈਂਟ ਉਹਦੀ ਡਿਮਾਂਡ ਵੀ ਉਹ ਲਾ ਲਓ ਕਿ ਇੰਨੀ ਜ਼ਿਆਦਾ ਹੈ ਨਹੀਂ ਰੂਬੀਕੌਨ ਦੀ ਆਹ ਚੀਜ਼ਾਂ ਦੀ ਜ਼ਿਆਦਾ ਹੁੰਦੀ ਹੈ ਜਿਹੜੀ ਚੀਜ਼ ਰੇਅਰ ਆ ਨਾ ਉਹ ਥੋੜੀ ਜਿਹੀ ਹੁੰਦੀ ਬਈ ਇਹ ਤਾਂ ਸੈਗਮੈਂਟ ਉਹ ਆ ਜਿਹਦੀ ਹੁਣ ਡਿਮਾਂਡ ਬਣੂਗੀ ਕਿਉਂਕਿ ਹੈ ਨਾ ਬਣ ਵੀ ਰਹੀ ਆ ਕਿਉਂਕਿ ਹੈ ਹੀ ਆਪਣੇ ਕੋਲ ਇੱਕ ਉਹ ਸੀਗੀ ਜਿਹਦੀ ਡਿਮਾਂਡ ਬਾਈ ਕਈ ਵਾਰ ਕਹਿੰਦੇ ਯਾਰ ਸਾਨੂੰ ਪਤਾ ਨਹੀਂ ਹੁੰਦਾ ਸੀ ਇਹ ਗੱਡੀ ਹੈਗੀ ਆ ਜਦੋਂ ਮੂਸੇ ਵਾਲੇ ਬਾਈ ਦਾ ਗਾਣਾ ਆ ਗਿਆ ਜੀ 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 ਕਹਿੰਦੇ ਫੇਰ ਸਾਨੂੰ ਪਤਾ ਲੱਗਿਆ ਹਾਂ ਜਿਵੇਂ ਆਹ ਖੜੀਆਂ ਨੇ ਹਾਂ ਇਹਦੀ ਡਿਮਾਂਡ ਕਿਵੇਂ ਆ ਇਹਦੀ ਡਿਮਾਂਡ ਤਾਂ ਜੀ ਟੌਪ ਉਹ ਪੂਰਾ ਜੀ ਟੌਪ ਆ ਪੂਰੇ ਵਰਲਡ ਲੈਵਲ ਤੇ ਹਾਂ ਇਹ ਗੱਡੀ ਨਵੀਂ ਕਹਿ ਲਓ ਕਿ ਅੱਜ ਪੂਰੇ ਵਰਲਡ ਦੇ ਹਰੇਕ ਦੇਸ਼ ਦੇ ਵਿੱਚ ਵੇਟਿੰਗ ਹੈ ਕਿਸੇ 'ਚ 2 ਸਾਲ ਵੇਟਿੰਗ ਆ ਕਿਸੇ 'ਚ 3 ਸਾਲ ਵੇਟਿੰਗ ਆ ਆਪਣੇ ਵੀ ਇਹਦੀ ਨਵੀਂ ਗੱਡੀ ਅਵੇਲੇਬਲ ਹੈ ਨਹੀਂ ਗੀ ਨਹੀਂ ਹੁੰਦੀ ਹਾਂਜੀ ਇਹਦੀ ਵੇਟਿੰਗ ਕਾਫੀ ਆ ਨਵੀਂ ਗੱਡੀ ਵੀ ਲੈਣੀ ਆ ਜੇ ਤੁਸੀਂ ਹਾਂ ਯਾਨੀ ਕਿ ਕਹਿ ਲਓ ਕਿ ਇਹਦੀ ਡਿਮਾਂਡ ਇੰਨੀ ਜ਼ਿਆਦਾ ਆ ਇਹ ਕਾਹਤੋਂ ਆ ਇੱਥੇ ਕਾਹਤੋਂ ਇੰਨੀ ਇਹਦੀ ਵੀਰੇ ਕਹਿ ਲਓ ਕਿ ਕੁਛ ਗਾਣਿਆਂ ਦੇ ਵਿੱਚ ਆ ਗਈ ਕਰਕੇ ਲਾ ਲਓ ਬਾਕੀ ਇਹ ਕਾਰ ਹੀ ਇੱਕ ਮਤਲਬ ਕਿ ਨਾ ਜੀ ਵੈਗਨ ਨਾਮ ਹੀ ਇੱਕ ਇੰਨੀ ਹਾਈਪ ਇਹਦੀ ਚਲੀ ਗਈ ਆ ਵੀ ਇਹਦੀ ਮਤਲਬ ਕਿ ਡਿਮਾਂਡ ਬਹੁਤ ਆ ਜੀ ਅੱਜ ਇਹ ਇਸ ਕਰਕੇ ਆ ਵੈਸੇ ਹਾਈਪ ਬਾਈ ਹੈ ਕਾਹਤੋਂ ਕਿਤਾ ਮੂਸੇ ਵਾਲਾ ਬਾਈ ਇਹਨੇ ਕਿ ਗੱਡੀ ਬਾਈ ਕਰਕੇ ਬਾਕੀ ਗੱਡੀ ਦੀ ਪਰਫਾਰਮੈਂਸ ਵੀਰੇ ਬਹੁਤ ਜਿਵੇਂ ਬਾਈ ਉਹਦੇ ਤੇ ਲੇਖ ਰੱਖਿਆ V8 V8 8 ਸਿਲੰਡਰ ਗੱਡੀ ਆ ਤੇ ਜਦੋਂ ਇਹ ਹੈਗੀ ਆ ਤੇਲ ਦਾ ਖਾਓ ਜੀ ਬਿਲਕੁਲ ਤੇ ਹੁਣ ਜਿਹੜੇ ਬੰਦੇ ਕੋਲੇ ਹੈਗੀ ਆ ਉਹ ਪਤਾ ਕਿ ਬਈ ਬੰਦੇ ਕੋਲੇ 4 ਪੈਸੇ ਵਧੀਆ ਨੇ ਪਰ ਜਿਹੜੇ ਬੰਦੇ ਨੇ ਕਰਨਾ ਸ਼ੌਂਕ ਪੂਰਾ ਉਹਨੂੰ ਇਸ ਟਾਈਮ ਦੱਸ ਦਈਏ ਜੇ ਬਈ ਬੁੱਕ ਕਰਨੀ ਇਹਦੀ ਵੇਟਿੰਗ ਕਿੰਨੀ ਆ ਇਹਦੀ ਮਤਲਬ ਕਿ ਨਹੀਂ ਵੇਟਿੰਗ ਉਵੇਂ ਨਹੀਂ ਹੈਗੀ ਸਾਡੇ ਕੋਲੇ ਅਵੇਲੇਬਿਲਟੀ ਹੈਗੀ ਹੈ ਇਹਦੀ ਉਸੇ ਵੇਲੇ ਹਾਂ ਜੇ ਮੰਨ ਲਓ ਕੋਈ ਬੰਦਾ ਆ ਗਿਆ ਜਿਵੇਂ ਪਤਾ ਕੀ ਗੱਲ ਆ ਜੀ ਜਿਵੇਂ ਹੁਣ ਸਾਡੇ ਕਈ ਡੇਟਸ ਇਦਾਂ ਦੀਆਂ ਨੇ ਸਾਡੇ ਕੋਲੇ ਫੈਬ ਤੱਕ ਦੀ ਮਾਰਚ ਤੱਕ ਦੀ ਵੀ ਬੁਕਿੰਗ ਹੋਈ ਹੋਈ ਪਈ ਆ ਐਡਵਾਂਸ ਹਾਂ ਕੁਝ ਕੁ ਡੇਟਾਂ ਦੀ ਜਿਹਨੇ ਹੋਈ ਗਈ ਪਰ ਸਾਡੇ ਕੋਲੇ ਅਵੇਲੇਬਿਲਟੀ ਹੈਗੀ ਆ ਸਾਡੇ ਕੋਲੇ ਇਹ 6 ਗੱਡੀਆਂ ਨੇ ਆਪਣੀਆਂ ਇਨ ਹਾਊਸ ਸਾਡੀ ਆਪਣੀਆਂ ਗੱਡੀਆਂ ਅੱਛਾ ਉਹ ਵਾਲਾ ਸਿਸਟਮ ਨਹੀਂ ਹੈਗਾ ਕਿ ਯਾਰ ਕਿ ਬੰਦਾ ਫੋਨ ਕਰਦਾ ਬਾਈ ਮੈਂ ਹੁਣੇ ਕਾਲ ਬੈਕ ਕਰਕੇ ਦੱਸਦਾ ਉਧਰ ਦੂਸਰੇ ਪਾਸੇ ਫੋਨ ਖੜਕਾਇਆ ਬਾਈ ਵੈਗਨ ਮਿਲ ਜੂ ਜੀ 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 ਐ ਨਹੀਂ ਹੈਗਾ ਉਹ ਕੰਮ ਨਹੀਂ ਹੈਗਾ ਜੀ ਆਪਣੇ ਕੋਲੇ
ਬਰਾਬਸ ਵੀਰੇ ਬਰਾਬਸ ਦਾ ਨਾ ਇੱਕ ਬਰਾਬਸ ਦਾ ਆਮ ਆਪਣੇ ਨਹੀਂ ਪਤਾ ਹੈਨਾ ਉਦਾਂ ਕਹਿੰਦੇ ਵੀ ਬਰਾਬਸ ਆ ਬਰਾਬਸ ਆ ਬਰਾਬਸ ਐਕਚੁਅਲੀ ਆਪਣੇ ਇੰਡੀਆ 'ਚ ਹੈ ਹੀ ਨਹੀਂ ਕਾਰ ਬਹੁਤ ਰੇਅਰ ਕੀ ਕਹਿਣਾ ਕਿਤੇ ਹੋਵੇ ਆਪਣੇ ਪੰਜਾਬ 'ਚ ਤਾਂ ਹੈ ਨਹੀਂ ਬਰਾਬਸ ਦੇ ਵਿੱਚ ਮੇਨਲੀ ਹੁੰਦਾ ਕੀ ਆ ਬਾਈ ਉਹਦਾ ਬਰਾਬਸ ਵੀਰੇ ਇੱਕ ਨਾ ਕੰਪਨੀ ਹੈ ਜਿਹੜੀ ਇਹਦੀ ਮੋਡੀਫਿਕੇਸ਼ਨ ਕਰਦੀ ਆ ਜਿਹੜੀ ਇਹਦੀ ਮੋਡੀਫਿਕੇਸ਼ਨ ਕਰਦੀ ਇੰਜਨ 'ਚ ਮੋਡੀਫਿਕੇਸ਼ਨ ਕਰਦੀ ਆ ਜੀ ਬੋਡੀ 'ਚ ਮੋਡੀਫਿਕੇਸ਼ਨ ਕਰਦੀ ਹੈ ਇਹਦੇ ਐਗਜ਼ੌਸਟ ਮੋਡੀਫਿਕੇਸ਼ਨ ਕਰਦੀ ਹੈ ਜੀ ਉਹ ਕਾਫੀ ਕੁਝ ਮੋਡੀਫਿਕੇਸ਼ਨ ਕਰਕੇ ਫਿਰ ਉਹ ਬਰਾਬਸ ਨਾਲ ਲੱਗ ਜਾਂਦਾ ਵੀ ਬਰਾਬਸ ਹੈ ਇਹ ਅੱਛਾ ਬਰਾਬਸ ਦੇ ਵਿੱਚ ਬਾਈ ਅਲਾਈ ਵੀਲ ਵੀ ਹੋਰ ਹੋਣਗੇ ਹਾਂਜੀ ਹਾਂ ਬਸ ਸਾਰਾ ਚੀਜ਼ਾਂ ਦਾ ਫਰਕ ਹੁੰਦਾ ਉਹਨਾਂ ਨੇ ਪੂਰੀ ਮੋਡੀਫਿਕੇਸ਼ਨ ਕਰਨੀ ਹੈ ਜੀ ਇੰਜਨ 'ਚ ਵੀ ਇਹ ਜਿਹੜਾ ਸੁਪਰ ਚਾਰਜਰ ਆ ਇੰਜਨ ਇਹਦਾ AMG ਸੁਪਰ ਚਾਰਜਰ ਹੁੰਦਾ ਬਟ ਫਿਰ ਵੀ ਉਹ ਇੰਨੀ ਮੋਡੀਫਿਕੇਸ਼ਨ ਕਰ ਦਿੰਦੇ ਆ ਦੀ ਪਾਵਰ ਨੂੰ ਬਹੁਤ ਐਗਜ਼ੌਸਟ ਕਰ ਦਿੰਦੇ ਆ ਜੀ ਮਤਲਬ ਕਿ ਝੋਟਾ ਫਿਰ ਜਮਦੂਦ ਦਾ ਝੋਟਾ ਬਣਾ ਦਿੰਦੇ ਨੇ ਭਾਈ ਇੱਕ ਵਾਰੀ ਉਹ ਹਾਂ ਜਮਦੂਦ ਦਾ ਝੋਟਾ ਬਣ ਜਾਂਦਾ ਤੇ ਭਾਈ ਇੱਕ ਯਾਰ ਹੋਰ ਆ ਉਹਦੇ ਤਾਂ ਲਾਈ ਵੀਲ ਹੈਗੇ ਨੇ ਸਿੰਪਲ ਸੋਬਰ ਦੇ ਬਾਈ ਗੱਡੀ ਨੂੰ ਲੱਗਦਾ ਕਿ ਹਾਂ ਇੱਕ ਜੈਨੂਨ ਕਾਰ ਖੜੀ ਆ ਪਰ ਜਿਹੜੀਆਂ ਆਹ ਦੋ ਖੜੀਆਂ ਨੇ ਉਹ ਵਿੱਕੀ ਜੱਟਾ ਪਿੱਛੇ ਹੋ ਕੇ ਫਰੇਮ 'ਚ ਦਿਖਾਈ ਕਿ ਆਹ ਦੋ ਖੜੀਆਂ ਨੇ ਯਾਰ ਇਹ ਤਾਂ ਲਾਈ ਵੀਲ ਵਾਲੇ ਧੱਕੜ ਪਾ ਰੱਖੇ ਨੇ ਬਾਈ ਇਹਨਾਂ ਨੂੰ ਬਿਲਕੁਲ ਬਿਲਕੁਲ ਮੈਂ ਦੇਖੇ ਵੀ ਕਿਸੇ ਹੋਰ ਗੱਡੀ ਨੂੰ ਨਹੀਂ ਇਹੋ ਜਿਹੇ ਪਾਏ ਹਾਂਜੀ 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 ਲਾਈ ਵੀਲਾਂ ਦਾ ਤਾਂ ਵੀਰੇ ਇਹ ਕੰਮ ਆ ਜਾਨੀ ਲਾਈ ਵੀਲ ਤਾਂ ਲੋਕੀ ਅੱਧੇ ਤਾਂ ਇਹ ਚੀਜ਼ ਦੇ ਕਨਫਿਊਜ਼ ਆ ਵੀ ਲੈਂਦੇ ਕਿੱਥੋਂ ਆ ਇਹ ਪਹਿਲਾਂ ਲੋਕ ਭਾਲ ਪੁੱਛਦੇ ਨੇ ਬਾਈ ਕਿ ਲਾਈ ਵੀਲ ਕਿੱਥੋਂ ਲੈ ਕੇ ਆਉਂਦੇ ਹੋ ਕਿ ਬਾਈ ਆਹ ਜਿਹੜੇ ਲਾਈ ਵੀਲ ਨੇ ਹੁਣ ਤੱਕ ਬਾਈ ਕਿਹੜੀ ਗੱਡੀ ਨੂੰ ਪਾਏ ਦੇਖ ਲੈ ਇਹ ਵੀਰੇ ਆਹ ਵਾਲੇ ਲਾਈ ਵੀਲ ਨਾ ਬਹੁਤ ਤੁਹਾਨੂੰ ਬਹੁਤ ਘੱਟ ਮਿਲਣਗੇ ਆ ਆਮ ਤੁਹਾਨੂੰ ਦੇਖਣ ਨੂੰ ਨਹੀਂ ਮਿਲਣਗੇ ਆਹ ਵਾਲਾ ਜਿਹੜਾ ਕਿਉਂਕਿ ਮੈਨੂੰ ਗੈਰੀ ਬਾਈ ਕਹਿੰਦੇ ਯਾਰ ਇਹ ਉਹ ਵਾਲੇ ਵੀਲ ਆ ਜਿਹਨੇ ਕਈ ਵੀਰਾਂ ਨੂੰ ਸੰਦੇ ਪਾ ਰੱਖੇ ਨੇ ਕਿ ਯਾਰ ਇਹ ਲੈ ਕੇ ਕਿੱਥੋਂ ਆਏ ਲੈ ਕੇ ਕਿੱਥੋਂ ਆਉਂਦੇ ਹਾਂ ਬਾਈ ਇਹ ਲਾਈ ਵੀਲ ਦੇ ਨਾਲ ਵੀ ਗੱਡੀਆਂ ਦੀ ਰੀਚ ਦੇ ਵਿੱਚ ਫਰਕ ਪੈਂਦਾ ਬਹੁਤ ਡਿਮਾਂਡ ਦਾ ਫਰਕ ਪੈਂਦਾ ਬਹੁਤ ਫਰਕ ਪੈਂਦਾ ਗੱਡੀ ਦੇ ਤੁਸੀਂ ਗੱਡੀ ਦੇ ਖੜਾਵੇ ਦਾ ਬਹੁਤ ਫਰਕ ਪੈ ਜਾਂਦਾ ਜੀ ਦੇਖੋ ਇਹ ਹੁੰਦਾ ਆਪਣੀ ਲਾਈ ਦੇ ਵਿੱਚ ਬਹੁਤ ਫਰਕ ਹਾਂਜੀ ਹਾਂਜੀ ਬਹੁਤ ਫਰਕ ਪੈਂਦਾ ਗੱਡੀ ਦਾ ਤੁਸੀਂ ਲਾ ਲਓ ਕਿ ਸਾਡੀ ਕੁਝ ਕਾਰਾਂ ਤਾਂ ਇਹ ਹੈਗੀਆਂ ਵੀਲਾਂ ਕਰਕੇ ਬਹੁਤ ਮਤਲਬ ਕਿ ਉਹਦੀ ਡਿਮਾਂਡ ਰਹਿੰਦੀ ਹੈ ਵੀ ਸਾਨੂੰ ਵੀਲ ਕਰਕੇ ਕਾਰ ਆ ਚਾਹੀਦੀ ਇਹ ਲਾਈ ਵੀਲ ਕਰਕੇ ਬੰਦਾ ਕਹਿੰਦਾ ਬਈ ਆਹੀ ਗੱਡੀ ਭੇਜਣੀ ਜੀ ਜੀ ਤੇ ਹੋਰ ਗੱਡੀ ਨਹੀਂ ਭੇਜਣੀ ਹੋਰ ਗੱਡੀ ਨਹੀਂ ਭੇਜਣੀ ਬਸ ਆਹੀ ਵੀਲ ਵਾਲੀ ਕਰੀ ਕਿਉਂਕਿ ਬਾਈ ਮੈਨੂੰ ਦਿਖਾਉਂਦੇ ਸੀ ਯਾਰ ਪਿੱਛੇ ਇੱਕ ਲਾਈ ਵੀਲ ਹੋਰ ਤਕੜੇ ਮੰਗਾ ਰੱਖੀ ਹਾਂਜੀ ਹਾਂਜੀ ਕਿ ਬਈ ਤੁਹਾਡਾ ਲਾਈ ਵੀਲ ਮੈਨੂੰ ਬਾਈ ਕਹਿੰਦੇ ਯਾਰ ਜਿੰਨੀ ਕਿ ਅਸੀਂ ਕਮਾਉਨੇ ਆ ਕਹਿੰਦੇ ਅੱਧੀ ਕਮਾਈ ਤਾਂ ਸਾਡੀ ਇੱਧਰ ਵੜਦੀ ਵੀਲਾ ਜੀ ਲਾਉਣੇ ਹਾਂ ਵੀਲਾ ਚ ਲੱਗ ਜਾਂਦੇ ਇਹ ਬਈ ਸ਼ੌਂਕ ਹੁੰਦਾ ਹਨਾ ਆਪਾਂ ਚਲੋ ਕੰਮ ਤਾਂ ਉਦਾਂ ਵੀ ਕਰ ਸਕਦੇ ਆਂਗੇ ਬਾਕੀ ਵੀ ਜਿੱਦਾਂ ਹੈਗਾ ਵੀਰ ਕਰਦੇ ਆ ਕੰਮ ਪਰ ਸ਼ੌਂਕ ਹੁੰਦਾ ਕਿਸੇ ਚੀਜ਼ ਨੂੰ ਕੋਈ ਥੋੜਾ ਜਿਹਾ ਜ਼ਿਆਦਾ ਹਾਰ ਸ਼ਿੰਗਾਰ ਕਰਕੇ ਰੱਖਦਾ ਹਨਾ ਇਹ ਕੰਮ ਨਾਲ ਪਿਆਰ ਆ ਬਾਈ ਕੰਮ ਨਾਲ ਪਿਆਰ ਆ ਜੀ ਬਿਲਕੁਲ ਬਿਲਕੁਲ ਤੇ ਬਾਈ ਹੁਣ ਉਹ ਸੀਗੀਆਂ ਬੈਗਨਾ ਹਾਂਜੀ ਆਹ ਖੜੀਆਂ ਦੇ ਰੇਂਜਾਂ ਜੀ ਇਹਨਾਂ ਤਿੰਨਾਂ ਦੇ ਵਿੱਚ ਜੇ ਮੇਜਰ ਡਿਫਰੈਂਸ ਦੱਸਣਾ ਹੋਵੇ ਜੀ ਆਹ ਰੇਂਜ ਆਹ ਤੇ ਆਹ ਇਹਦਾ ਵਿੱਚ ਫਰਕ ਆ ਵੀਰੇ ਉਹ ਤਾਂ ਦੋਨੋਂ ਸਪੋਰਟਸ ਮਾਡਲ ਆ ਹਾਂ ਉਹ ਰੇਂਜਾਂ ਸਪੋਰਟਸ ਆ ਗਈਆਂ ਆ ਪਹਿਲਾ ਵਾਲਾ ਮਾਡਲ ਆ ਜਿਹੜਾ ਸਿੱਧੂ ਮੂਸੇ ਵਾਲਾ ਬਾਈਕ ਕੋਲੇ ਸੀਗਾ ਹਾਂ ਉਹਦੇ ਕੋਲੇ ਸੀਗਾ ਜਾਨੀ ਇਹ ਬਹੁਤ ਫੇਮਸ ਮਾਡਲ ਆ ਬਹੁਤ ਗਾਣਿਆਂ ਗੁਣਿਆਂ 'ਚ ਆਇਆ ਗਾ ਪਹਿਲਾਂ ਆਪਣੇ ਪ੍ਰਾਡਾ ਗਾਣੇ 'ਚ ਵੀ ਉਹ ਆਪਣੀ ਗੱਡੀ ਉਦੋਂ ਗਈ ਸੀ ਉਹ ਇਹਦੇ ਨਾਲ ਦਾ ਮਾਡਲ ਹੀ ਸੀ ਅੱਛਾ ਤੇ ਉਹ ਆ ਗਿਆ ਵੀਰੇ ਨਵਾਂ ਮਾਡਲ ਲੇਟੈਸਟ ਮਾਡਲ ਹਾਂਜੀ ਪਰ ਬਈ ਆਹ ਗੱਡੀ ਦਾ ਰੋਬ ਬਹੁਤ ਆ ਇਹਦਾ ਰੋਬ ਬਹੁਤ ਆ ਜੀ ਇਹਦੀ ਸ਼ੇਪ ਹੀ ਕੁਦਰਤੀ ਨਾ ਸੋਹਣੀ ਆ ਇਹਦੀ ਤਾਂ ਕਰਕੇ ਡਿਮਾਂਡ ਜ਼ਿਆਦੇ ਆ ਜੀ ਬਈ ਇੱਕ ਜੀ ਐਵਰਗ੍ਰੀਨ ਜਿਹਾ ਕੰਮ ਆ ਇਹ ਜਿਹੜੀ ਇਹਦੇ ਨਾਲ ਦੀਆਂ ਮੈਂ ਰੇਂਜਾਂ ਦੇਖਦਾ ਰੋਡ ਤੇ ਤੁਰੀਆਂ ਫਿਰਦੀਆਂ ਹਾਂਜੀ ਇਹ ਉਹਦੇ ਨਾਲੋਂ ਇਹ ਗੱਡੀ ਦੇਖਣ ਨੂੰ ਡਿਫਰੈਂਟ ਲੱਗਦੀ ਆ ਕਾਹ ਤੋਂ ਇਹ ਥੋੜੀ ਉੱਚੀ ਵੀ ਲੱਗਦੀ ਆ ਜੀ ਉਹ ਕਾਹ ਤੋਂ ਲਾਈ ਵੀਲਾਂ ਕਰਕੇ ਬਈ ਵੀਲਾਂ ਕਰਕੇ ਵੀ ਹਾਂਜੀ ਹਾਂ ਵੀਲਾਂ ਕਰਕੇ ਆ ਟਾਇਰਾਂ ਕਰਕੇ ਆ ਕਾਫੀ ਚੀਜ਼ਾਂ ਦਾ ਇਹਦੇ ਵਿੱਚ ਵੀ ਵੀਰੇ ਵੀਲ ਇਦਾਂ ਨਹੀਂ ਹੈਗਾ ਵੀ ਆਪਾਂ ਨਾ ਕਈ ਚੀਜ਼ਾਂ ਕਰਨੀਆਂ ਪੈਂਦੀਆਂ ਨੇ ਇਹ ਟੁੱਟਾ ਕੇ ਫੇਰ ਕਿਤੇ ਵੀਲ ਹੁੰਦੇ ਆ ਜੀ ਤੇ ਫਿਟਿੰਗ ਤਾਂ ਹੁੰਦੀ ਆ ਫਿਟਿੰਗ ਤਾਂ ਹੁੰਦੀ ਆ ਅੱਛਾ ਇਹਨੂੰ ਵੀ ਵੀਲ ਹੋਰ ਪਾ ਰੱਖੇ ਨੇ ਮਤਲਬ ਐ ਆ ਕਿ ਜਿਹੜਾ ਵੀ ਬੰਦਾ ਸਾਡੇ ਕੋਲੇ ਬੁੱਕ ਕਰਦਾ ਗੱਡੀ ਇੱਕ ਤਾਂ ਆਪਾਂ ਲਗਜ਼ਰੀ ਸੈਗਮੈਂਟ ਦੇਤੀ ਸਪੋਰਟਸ ਸੈਗਮੈਂਟ ਦੇਤੀ ਪਲੱਸ ਆਪਾਂ ਮੋਡੀਫਾਈਡ ਸੈਗਮੈਂਟ ਦੇਤੀ ਉਹਨੂੰ ਜੀ ਬਿਲਕੁਲ ਸਾਡੇ ਕੋਲੇ ਗੱਡੀਆਂ ਮੋਡੀਫਾਈਡ ਹੈਗੀਆਂ ਨੇ ਜੀ ਜੀ ਤੇ ਬਈ ਇਹਨਾਂ ਦੀ ਆਪਾਂ ਕਹੀਏ ਆਪਣੇ ਕੋਲੇ ਇਸ ਟਾਈਮ ਰੇਂਜਾਂ ਕਿੰਨੀਆਂ ਅਵੇਲੇਬਲ ਹੋਣਗੀਆਂ ਕਲਰ ਆਪਸ਼ਨ ਦੇ ਨਾਲ ਰੇਂਜਾਂ ਵੀਰੇ ਆਪਣੇ ਕੋਲੇ 7 ਤੋਂ 8 ਰੇਂਜਾਂ ਅਵੇਲੇਬਲ ਆਪਣੀਆਂ ਨੇ 7 ਤੋਂ 8 ਰੇਂਜਾਂ ਮਾਡਲਾਂ ਦੇ ਹਿਸਾਬ ਨਾਲ ਦੱਸਣਾ ਮਾਡਲਾਂ ਦੇ ਹਿਸਾਬ ਨਾਲ ਸਪੋਰਟਸ ਮਾਡਲ ਹੈਗੇ ਆਗੇ ਵੋਗ ਮਾਡਲ ਆ ਜੀ ਆ ਜਿਵੇਂ ਸਪੋਰਟਸ ਖੜੇ ਆ ਨਵੇਂ ਵਾਲਾ ਸਪੋਰਟਸ ਹੈਗਾ ਪਹਿਲਾਂ ਵਾਲਾ ਸਪੋਰਟਸ ਹੈਗਾ ਆ ਵੋਗ ਮਾਡਲ ਖੜਾ ਜੀ ਇਹ ਵੋਗ ਦਾ ਨਿਊ ਮਾਡਲ ਆ ਹਾਂਜੀ ਇੱਕ ਤਾਂ ਇਹ ਵੀ ਹੈਗੀ ਇਹ ਤਾਂ ਚਲੋ ਵਿਆਹਾਂ ਸ਼ਾਦੀਆਂ ਦੇ ਤੇ ਸਾਰਿਆਂ ਨੂੰ ਪਤਾ ਹੈ ਕਿ ਬਾਈ ਆਪਾਂ ਦਿੰਨੇ ਆ ਜੀ ਹੁਣ ਜੇ ਕੋ ਕਹਿੰਦਾ ਬਾਈ ਮੈਨੂੰ ਸੈਲਫ ਡਰਾਈਵ ਤੇ ਦਿਓ ਜੀ ਮਿਲ ਜੂ ਹਾਂ ਸੈਲਫ ਤੇ ਵੀ ਦੇ ਦੇਵਾਂਗੇ ਜੀ ਆਪਾਂ ਸੈਲਫ ਤੇ ਮਿਲ ਜੂ ਸੈਲਫ ਤੇ ਆਪਣੇ ਕੋਲੇ ਕੁਝ ਰੇਂਜ ਹੈਗੇ ਆਗੇ ਆਹ ਵਾਲਾ ਮਾਡਲ ਨਾਲ ਦੇ ਆਪਾਂ ਜਿਹੜੇ ਸੈਲਫ ਡਰਾਈਵ ਲਈ ਵੀ ਦੇ ਦੇ ਜਿਹੜੇ ਸੈਲਫ ਡਰਾਈਵ ਵੀ ਦਿੰਨੇ ਆ ਤੇ ਬਾਈ ਜਦੋਂ ਮੰਨ ਲਓ ਸਾਡੇ ਕੋਲ ਕੇ ਸੈਲਫ ਡਰਾਈਵ ਤੇ ਗੱਡੀ ਲੈਣ ਆਉਂਦਾ ਆ ਹਾਂਜੀ ਖਾਸ ਕਰਕੇ ਹੁਣ ਤਾਂ ਟ੍ਰੈਂਡ ਹੀ ਚੱਲ ਪਿਆ ਬਾਈ ਹੁਣ ਸੈਲਫ ਡਰਾਈਵ ਵਾਲੇ ਬਹੁਤ ਨੇ ਸਾਡੇ ਵੀ ਜੀ 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 ਆਪਾਂ ਡਿਮਾਂਡ ਕੀ ਕਰਦੇ ਆ ਕਿ ਬਾਈ ਸਾਡੇ ਕੋਲ ਗੱਡੀ ਸੈਲਫ ਡਰਾਈਵ ਤੇ ਲੈਣੀ ਤਾਂ ਸਾਨੂੰ ਆਹ ਵਾਲੇ ਤੁਹਾਡੇ ਲੀਗਲ ਪ੍ਰੂਫ ਚਾਹੀਦੇ ਨੇ ਵੀਰੇ ਦੇਖੋ ਉਹ ਤਾਂ ਫਾਰਮੈਲਿਟੀਆਂ ਦਾ ਸਾਰੀਆਂ ਚਾਹੀਦੀਆਂ ਨੇ ਦੇਖੋ ਨਾ ਡਾਕੂਮੈਂਟ ਚਾਹੀਦੇ ਆਪਾਂ ਦਿੰਨੇ ਵੀਰੇ
ਬਈ ਇਹ ਹੈਗਾ ਆਪਣਾ ਲੁਧਿਆਣੇ ਨਾ ਫਿਰੋਜ਼ਪੁਰ ਰੋਡ 'ਤੇ ਮੁੱਲਾਪੁਰ ਨੂੰ ਜਾਂਦੇ ਆ ਨਾ ਆਪਣਾ ITBP ਆਉਂਦਾ ਗਾ ITBP ਦੇ ਬਿਲਕੁਲ ਓਪੋਜਿਟ ਆ ਮੁੱਲਾਪੁਰ ਜਾਂਦਿਆਂ ਨੂੰ ਮੋਗੇ ਵੱਲ ਨੂੰ ਜਾਂਦਿਆਂ ਨੂੰ ਰਾਈਟ ਸਾਈਡ ਆਪਣਾ ਆਫਿਸ ਆਉਂਦਾ ਰੋਇਲ ਲਿਮੋ ਆਪਣੀ ਇੱਕੋ ਹੀ ਬ੍ਰਾਂਚ ਹੈ ਜੀ ਇੱਕੋ ਹੀ ਆਪਣੀ ਮੇਨ ਬ੍ਰਾਂਚ ਸਾਡੀ ਇੱਥੇ ਆ ਲੁਧਿਆਣੇ ਹੈ ਜੀ ਸਾਡੀਆਂ ਹੈਗੀਆਂ ਨੇ ਬ੍ਰਾਂਚਾਂ ਉਹ ਪਰ ਮਤਲਬ ਕਿ ਨਾ ਮੇਨ ਸਾਡਾ ਮੇਨ ਇੱਥੇ ਆ ਜੇ ਕਿਸੇ ਨੇ ਕਾਰ ਦੇਖਣੀ ਆ ਜਾਂ ਕੋਈ ਵੀ ਆ ਇਕੱਠੀਆਂ ਕਾਰਾਂ ਦਾ ਡੀਲ ਕਰਨੀ ਆ ਉਹ ਅਸੀਂ ਲੁਧਿਆਣੇ ਹੀ ਕਰਦੇ ਹਾਂ ਜੀ ਇੱਥੇ ਕਰਦੇ ਬਿਲਕੁਲ ਅਤੇ ਬਾਕੀ ਜੇ ਕਿਸੇ ਨੂੰ ਵੈਸੇ ਵੀ ਪਤਾ ਨਾ ਲੱਗੇ ਤਾਂ ਬਈ ਹੋ ਸਕਦਾ ਤੁਸੀਂ ਇੱਧਰ ਨਿਗਾਹ ਮਾਰੋ ਤਾਂ ਰੋਜ਼ ਰੋਜ਼ ਖੜੀ ਹੋਵੇ ਹਾਂਜੀ ਕਾਰਾਂ ਆਪਣੀਆਂ ਡਿਸਪਲੇ ਬਾਹਰ ਖੜੀਆਂ ਹੁੰਦੀਆਂ ਨੇ ਬਾਕੀ ਗੂਗਲ ਤੇ ਵੀ ਲੋਕੇਸ਼ਨ ਆਪਣੀ ਸਰਚ ਕਰ ਸਕਦੇ ਆ ਬਿਲਕੁਲ ਬਾਈ ਜੀ ਤੇ ਬਾਕੀ ਬਾਈ ਜਿਹੜੀ ਆਹ ਗੱਡੀ ਯਾਰ ਵਾਰ-ਵਾਰ ਮੈਨੂੰ ਐਂ ਕਰਦੀ ਕਿ ਯਾਰ ਹਾਂਜੀ ਹਾਂਜੀ ਬੜੀ ਘੈਂਟ ਗੱਡੀ ਆ ਇਹ ਵੀਰੇ ਪਹਿਲਾਂ ਤਾਂ ਗੱਡੀ ਹੋਈ ਹੈਗੀ ਇੱਕ ਝੋਟਾ ਇਹ AMG ਇੰਜਣ ਹਨਾ ਝੋਟਾ ਬਾਕੀ ਵੀਰੇ ਲਾਈ ਵੀਲ ਇਹਦੇ ਇਦਾਂ ਦੇ ਆ ਜਾਣੀ ਅੱਧੀ ਦੁਨੀਆ ਨੂੰ ਤਾਂ ਵਕਤ ਐਂ ਹੀ ਪਿਆ ਹੁੰਦਾ ਕਿ ਲਾਈ ਵੀਲ ਆਉਂਦੇ ਕਿੱਥੋਂ ਇਹਨੂੰ ਹੈ ਇਹ ਬਾਈ ਉਹ ਵਾਲੀਆਂ ਚੀਜ਼ਾਂ ਨੇ ਹੁਣ ਜੇ ਤੁਸੀਂ ਇਧਰ ਚੀਜ਼ਾਂ ਮਿੱਤਰੋਂ ਲੈਣੀਆਂ ਨੇ ਹੈ ਤੇ ਨੰਬਰ ਸਕਰੀਨ ਤੇ ਦੇਤੇ ID ਸਕਰੀਨ ਤੇ ਜਟਾ ਕਿੱਥੇ ਦਿੱਤੀ ਆ ਇੱਥੇ ਦੇ ਦਿੱਤੀ ਆ ਤੇ ਬਾਕੀ ਤੁਹਾਡਾ ਮਸਲਾ ਹੱਲ ਆਪਾਂ ਕਰਤਾ ਮਿੱਤਰੋ ਤੇ ਬਾਕੀ ਆਸ ਕਰਦੇ ਵੀਡੀਓ ਤੁਹਾਡੇ ਕੰਮ ਆਵੇ ਤੁਹਾਨੂੰ ਵਧੀਆ ਵੀ ਲੱਗੀ ਹੋਵੇ ਤੇ ਬਾਈ ਉਹਨਾਂ ਦੇ ਵੀ ਕੰਮ ਆਵੇ ਤੇ ਬਾਈ ਜੀ ਤੁਹਾਡਾ ਤੇ ਤੁਹਾਡਾ ਬਾਈ ਜੀ ਸਮਾਂ ਦੇਣ ਲਈ ਧੰਨਵਾਦ ਜੀ ਓਕੇ ਬਾਈ ਥੈਂਕ ਯੂ ਜੀ ਬਣ ਗਈ ਚਲੋ